ਅਸੀਂ ਸਰਕਾਰ ਤੇ ਪ੍ਰਧਾਨ ਮੰਤਰੀ ਦੇ ਨਾਲ ਹਾਂ। ਭਗਵੰਤ ਮਾਨ ਭਾਰਤ ਵੱਲੋਂ ਅੱਜ ਮਕਬੂਜ਼ਾ ਕਸ਼ਮੀਰ 'ਚ ਜੈਸ਼ ਮੁਹੰਮਦ ਦੇ ਠਿਕਾਣਿਆਂ ਤੇ ਕੀਤੀ ਗਈ ਕਾਰਵਾਈ ਤੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੇ ਉਹ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਦੇ ਨਾਲ ਹਨ। ਅਸੀਂ ਤਾਂ ਪਹਿਲੇ ਦਿਨੋਂ ਇਸ ਮਾਮਲੇ 'ਚ ਇਹ ਕਹਿ ਚੁੱਕੇ ਹਾਂ ਕਿ ਇਹਨੂੰ ਰਾਜਨੀਤੀ ਤੋਂ ਦੂਰ ਰੱਖ ਕੇ ਅਸੀਂ ਇਸ ਮਾਮਲੇ 'ਚ ਇੰਡੀਅਨ ਫੌਜ ਦੇ ਨਾਲ ਆ, ਇੰਡੀਅਨ ਗੌਰਮੈਂਟ ਦੇ ਨਾਲ ਆ। ਸਾਡੇ ਰਾਜਨੀਤਿਕ ਜਿਹੜੇ ਸ਼ਿਕਵੇ ਸ਼ਿਕਾਇਤਾਂ ਉਹ ਸੈਕੰਡਰੀ ਨੇ, ਦੇਸ਼ ਪਹਿਲਾਂ। ਸੋ ਬਹਾਦਰ ਸਾਡੇ ਪਾਇਲਟ ਜਿਨ੍ਹਾਂ ਨੇ ਏਅਰ ਸਟ੍ਰਾਈਕ ਕੀਤੀ ਹੈ ਅਤੇ ਉਹਨਾਂ ਦੇ ਜਿਹੜੇ ਜੈਸ਼ ਮੁਹੰਮਦ ਦੇ ਜਿਹੜੇ ਟਿਕਾਣੇ ਨੇ ਉਹਨਾਂ 'ਤੇ ਜਿਹੜਾ ਬੰਬ ਸੁੱਟੇ ਨੇ ਅਤੇ ਉਹਨਾਂ ਦੀ ਕਾਫੀ ਕੈਜੂਅਲਿਟੀਜ਼ ਹੋਈਆਂ ਨੇ। ਸੋ ਸਾਡੇ ਜਾਂਬਾਜ਼ ਜਿਹੜੇ ਫੌਜੀ ਸ਼ਹੀਦ ਹੋਏ ਨੇ, ਓਬੀਅਸਲੀ ਜੇ ਸਾਡੇ ਜਿਹੜਾ ਖੂਨ ਦੇ ਵਿੱਚ ਇਸ ਤਰ੍ਹਾਂ ਦਾ ਉਬਾਲਾ ਹੈ ਕਿ ਸਾਨੂੰ ਇਸ ਤਰ੍ਹਾਂ ਅਸੀਂ ਨਹੀਂ ਦੇਖ ਸਕਦੇ ਸਾਡੀ ਮਿਲਟਰੀ ਦੀ ਕੈਜੂਅਲਿਟੀਜ਼, ਤਾਂ ਉਹ ਮਿਲਟਰੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੋਊਗਾ ਅਤੇ ਸਾਡੇ ਜਾਂਬਾਜ਼ ਫੌਜ 'ਤੇ ਸਾਨੂੰ ਪ੍ਰਾਊਡ ਹੈ, ਮਾਣ ਹੈ ਸਾਨੂੰ।